ਸਤ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਆਪਾਂ ਅੱਜ ਕਣਕ ਨੂੰ ਪਹਿਲਾ ਪਾਣੀ ਲਾਉਣਾ ਸ਼ੁਰੂ ਕਰਤਾ ਆ ਦੇਖੋ ਕਾਲਾ ਖਾਲਸ ਮਾਰਿਆ ਦੀ ਤੇ ਅੱਜ ਪਾਣੀ ਲਾਉਣਾ ਸ਼ੁਰੂ ਕਰਤਾ ਪਹਿਲਾ 20-22 ਦਿਨ ਦੀ ਕਣਕ ਹੋ ਗਈ ਆਪਣੀ ਫਿਰ ਬਾਤਾ ਇਹਦੇ ਆਪਾਂ ਸਪਰੇਅ ਕਰਾਂਗੇ ਇਹਨੂੰ ਗੁੱਲੀ ਡੰਡੇ ਵਾਲੀ ਤੇ ਉਸ ਤੋਂ ਬਾਅਦ ਆਪਾਂ ਖਾਦ ਪਾਵਾਂਗੇ ਜੂਰੀਆ ਦੀ ਖਾਦ ਪਾਵਾਂਗੇ ਇੱਕ ਕਿਥੈਲਾ ਇਹ ਤੇ ਆਪਾਂ ਚਾਰ ਦਿਨਾਂ ਜੀ ਆਪਣੀ ਕਣਕ ਸਾਰੀ ਭਰ ਜੂਗੀ ਤੇ ਇੱਧਰ ਜਿਹੜਾ ਆਹ ਬੋਟ ਦਾ ਦਰਖਤ ਖੜਾ ਆਪਣੇ ਪੇਪਲ ਦਾ ਦਰਖਤ ਹੈ ਇਹ ਇੱਕ ਕਰਾਮਾਤ ਆ ਉਹ ਕੀ ਕਰਾਮਾਤ ਆ ਇਹ ਆਪਾਂ ਤੁਹਾਨੂੰ ਕੱਲ ਨੂੰ ਦੱਸਾਂਗੇ ਕੱਲ ਦੇ ਬਲੌਗ 'ਚ ਆਪਾਂ ਇਹਦੇ ਬਾਰੇ ਦੱਸਾਂਗੇ ਤੁਹਾਨੂੰ ਜਰੂਰ ਦੇਖਿਓ ਵੀਡੀਓ ਕੱਲ੍ਹ ਵਾਲੀ ਇਹਨੂੰ ਕਈ ਸੌ ਸਾਲ ਹੋ ਗਏ ਇਹਨੂੰ ਖੜੇ ਇਹਨੂੰ ਪੇਪਲ ਨੂੰ ਉਹ ਕਰਾਮਾਤ ਕੀ ਆ ਇਹ ਚ ਉਹ ਆਪਾਂ ਕੱਲ ਨੂੰ ਦੱਸਾਂਗੇ ਤੁਹਾਨੂੰ ਅੱਜ ਆਪਾਂ ਕਣਕ ਨੂੰ ਪਾਣੀ ਲਗਾ ਦਈਏ ਤੇ ਬਾਕੀ ਹੋਰ ਕੰਮਕਾਰ ਕਰਾਂਗੇ ਕੋਈ ਜੋ ਹੋਇਆ ਆਲੂਆਂ ਨੂੰ ਪਾਣੀ ਲੱਗ ਗਿਆ ਸੀ ਮੇਰੇ ਇੱਧਰ ਖੜੇ ਨੇ ਤਾਂ ਇੱਧਰ ਉਹ ਗਵੰਡੀ ਮੇਰੇ ਆਲੂਆਂ ਸਪਰੇਅ ਕਰਨ ਲੱਗੇ ਹੋਏ ਨੇ ਇਹੋ ਆਲੂਆਂ 'ਚ ਮੋਰ ਫਿਰਦਾ ਚੁਗਦਾ ਮੋਰ ਇੱਥੇ ਕਾਫੀ ਰਹਿੰਦੇ ਨੇ ਸਾਡੇ ਅੱਬ ਪੇਪਲ ਤੇ 20-25 ਮੋਰ ਰਹਿੰਦੇ ਨੇ ਇੱਥੇ ਆ ਇਧਰ ਆਸ਼ਮਸ਼ਾਨ ਘਾਟ ਆ ਗਿਆ ਤੇ ਉਹ ਵੀਰ ਆਪਣਾ ਕੋਠੀ ਪਾਉਣ ਲੱਗਿਆ ਨਵੀਂ ਇੱਧਰ ਆਪਣਾ ਮਕਾਨ ਆ ਗਿਆ ਹਾ ਤੇ ਇੱਧਰ ਵੀ ਵੀਰ ਇੱਕ ਕੋਠੀ ਪਾਉਣ ਲੱਗਿਆ ਆ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਏ ਬਾਕੀ ਗੱਲਬਾਤ ਤਾਂ ਬਸ ਆਹੀ ਤੀ ਗੱਲਬਾਤ ਬਈ ਅੱਜ ਆਪਾਂ ਕਣਕ ਨੂੰ ਪਾਣੀ ਲਗਾਉਣ ਲੱਗੇ ਹੋਏ ਆ ਜਿਹੜੀ ਸੂਪਰ ਸੇਟਰ ਨਾਲ ਬੀਜੀ ਤੀ ਦੇਖਦਾ ਕਿੰਨਾ ਕੁ ਪਾਣੀ ਇਹ ਪੀਂਦੀ ਆ ਜ਼ਮੀਨ ਬਿਨਾ ਬਾਹੇ ਆਪਾਂ ਜਣੀ ਇਹ ਬੀਜੀ ਦੀ ਕਣਕ ਤਾਂ ਇੱਧਰ ਸੂਰਜ ਦੇਵਤਾ ਸਾਹਿਬ ਨਿਕਲ ਆਏ ਨੇ ਕਾਂ ਵੀ ਇੱਧਰ ਕਾਂ ਕਾਂ ਕਰ ਰਿਹਾ ਥੋੜਾ ਥੋੜਾ ਹੈਗਾ ਗੁੱਲੀ ਡੰਡਾ ਵੀ ਕਤਕੇ ਤੇ ਹਾਂ ਘੜੇ ਦੇ ਵਿੱਚ ਇਹ ਸਪਰੇਅ ਕਰ ਦਾਂਗੇ ਚਲੋ ਠੀਕ ਹੈ ਜੀ ਫਿਰ ਕੱਲ ਨੂੰ ਦੱਸਾਂਗੇ ਤੁਹਾਨੂੰ ਉਬ ਰੋਟੇ ਬਾਰੇ ਪਪਲ ਬਾਰੇ ਵੀ ਕੀ ਕਰਾਂ ਮਾਤਾ ਉਹ ਚਾ ਸੋ ਇੰਨੀ ਕੀ ਬੇ ਇੰਨੀ ਕੀ ਹਾਜ਼ਰੀ ਕਬੂਲ ਕਰਿਓ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਜੀ ਸ਼ੁਕਰੀਆ ਧੰਨਵਾਦ ਜੀ